ਰਿਆਜ ਜੀ ਥੋੜਾ ਚਿਰ ਕਰ ਲਏਦਾ ਜਿਸ ਤਰ੍ਹਾਂ ਕਹਿੰਦੇ ਹੁੰਦੇ ਵੀ ਜਿੱਦਾਂ ਪ੍ਰੋਗਰਾਮ ਹੁਣ ਫਿਰ ਲੋਕਡਾਊਨ ਚ ਬੰਦ ਹੋ ਗਿਆ ਖੇਡਦੇ ਰਹਿਣਾ ਤੁਸੀਂ ਹੌਲੀ ਹੌਲੀ ਵੱਡੇ ਹੋਏ ਥੋੜਾ ਜਿਹਾ ਮਾਂ ਪਿਓ ਦੇ ਮਨ ਚ ਆਉਣ ਲੱਗ ਪਿਆ ਵੀ ਹੁਣ ਸਾਨੂੰ ਦੇਖ ਕੇ ਰੋਈ ਜਾਣਾ ਮੇਰੀ ਮੰਮੀ ਜੀ ਨੂੰ ਠੀਕ ਆ ਪ੍ਰਮਾਤਮਾ ਦੀ ਇੰਨੀ ਕੁ ਕਿਰਪਾ ਸਾਰੇ ਪਿੰਡ ਚ ਘੁੰਮ ਲੈਣਾ ਇਹੋ ਜਿਹੀ ਜ਼ਿੰਦਗੀ ਤੋਂ ਰੱਬਾ ਮੌਤ ਹੀ ਚੰਗੀ ਪਰਮਾਤਮਾ ਦੇ ਅੰਦਰਲੀ ਐਸੀ ਜੋਤ ਜਗਾਈ ਆ ਬਾਜਾ ਖੋਲ ਕੇ ਇਹਨੂੰ ਠੀਕ ਵੀ ਕਰ ਲੈਣਾ ਤੇ ਕੱਪੜੇ ਪ੍ਰੈਸ ਕਰ ਲੈਣੇ ਜੋ ਮਰਜ਼ੀ ਬੰਟੇ ਮੈਂ ਜੀ ਇੱਦਾਂ ਡੱਬੇ ਚ ਪਏ ਆ ਇੱਦਾਂ ਮੁੱਠ ਭਰਨੀ ਆ ਬਿਨਾਂ ਹੀ ਗਿਣਨ ਤੋਂ ਤੁਹਾਨੂੰ ਦੱਸ ਦੇਣੇ ਵੀ ਇੰਨੇ ਆ ਮੇਰੇ ਗਾਣੇ ਜੀ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਪਰਿਵਾਰ ਵਿੱਚ ਆਪਾਂ ਬੈਠ ਕੇ ਸੁਣ ਸਾਰੇ ਸੁਣ ਸਕਦੇ ਹਾਂ ਤੇਰੇ ਵਾਂਗੂ ਰੱਬਾ ਜੈ ਨੂੰ ਪੂਜਦੇ ਸੀ ਦੱਸ ਕਤੋਂ ਮਾਂ ਖੋਲੀ ਕੋਈ ਲੱਚੜ ਤਾਂ ਆਪਾਂ ਨੂੰ ਗਾਉਣਾ ਨਹੀਂ ਆਉਂਦਾ ਨਾਂ ਦਾ ਤੇ ਕੰਪੋਜੀਸ਼ਨ ਫਿਰ ਆਪ ਹੀ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਕਿਸੇ ਸਿੰਗਰ ਨੂੰ ਵੀ ਕਰਕੇ ਦਿੱਤੀ ਕੰਪੋਜੀਸ਼ਨ ਵਗੈਰਾ ਹਾਂਜੀ ਇੱਕ ਜਿੰਨੀਆਂ ਇਸ਼ਾਵਾਂ ਦੇ ਨਾਲ ਤੁਸੀਂ ਇਹ ਸੰਗੀਤ ਨੂੰ ਚੁਣਿਆ ਸੀਗਾ ਤੇ ਗੁੱਸਾ ਨਹੀਂ ਆਉਂਦਾ ਆਪਣੇ ਆਪ ਤੇ ਗੁੱਸਾ ਆਪਣੇ ਆਪ ਤੇ ਹੁਣ ਬੰਦਾ ਕਰ ਨਹੀਂ ਨਾ ਕੋਈ ਸਕਦਾ ਹੁਣ ਬੰਦਾ ਜੇ ਕਿਤੇ ਫਿਰਨ ਤੁਰਨ ਜੋਗਾ ਹੋਵੇ ਆਪ ਜਾਣਾ ਹੋਵੇ ਹੁਣ ਕਿਸੇ ਨੂੰ ਕਹਿਣਾ ਪੈਂਦਾ ਆ ਚਲੀਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੀ ਬੀ ਰੋਜ਼ 7 ਵਾਲੇ 'ਤੇ ਅਤੇ ਦੋਸਤੋ ਅੱਜ ਆਪਾਂ ਜੇ ਗੱਲ ਕਰੀਏ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਨੇ ਬਹੁਤ ਹੀ ਸਟਾਰਾਂ ਨੂੰ ਜਨਮ ਦਿੱਤਾ ਕੁਛ ਸਟਾਰ ਇਸ ਤਰ੍ਹਾਂ ਦੇ ਵੀ ਸੋਸ਼ਲ ਮੀਡੀਆ ਦੇ ਉੱਪਰ ਸਫਲ ਹੋ ਗਏ ਜਿਨ੍ਹਾਂ ਨੂੰ ਜਿਸ ਤਰ੍ਹਾਂ ਕਹਿ ਲਓ ਸੁਰ ਦਾ ਗਿਆਨ ਵੀ ਨਹੀਂ ਹੈ ਕੁਛ ਲੋਕ ਹੈ ਜਿਨ੍ਹਾਂ ਕੋਲ ਕਲਾ ਦਾ ਭੰਡਾਰ ਹੋਣ ਦੇ ਬਾਵਜੂਦ ਵੀ ਉਹ ਦੁਨੀਆ ਦੇ ਸਾਹਮਣੇ ਨਹੀਂ ਆ ਸਕੇ ਪਰ ਸਾਡੀ ਇਹੀ ਕੋਸ਼ਿਸ਼ ਰਹੀ ਆ ਵੀ ਅਸੀਂ ਤੁਹਾਡੇ ਨਾਲ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਰੂਬਰੂ ਕਰਦੇ ਰਹੀਏ ਅਤੇ ਇਸੇ ਸਿਲਸਿਲੇ ਦੇ ਵਿੱਚ ਅਸੀਂ ਅੱਜ ਪਹੁੰਚਿਆ ਜੀ ਪਿੰਡ ਪਾਸਲਾ ਜ਼ਿਲ੍ਹਾ ਜਲੰਧਰ ਅਤੇ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਹਾਂ ਜੀ ਮਾਸਟਰ ਕੁਲਦੀਪ ਰਤਨ ਜੀ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜੀ ਜਿਹੜੇ ਸਾਡੇ ਮਾਸਟਰ ਕੁਲਦੀਪ ਜੀ ਆ ਇਹਨਾਂ ਦੀ ਅੱਖਾਂ ਦੀ ਲਾਈਟ ਹੈ ਨਹੀਂ ਗੀ ਮਤਲਬ ਇਹ ਬਲਾਈਂਡ ਆ ਠੀਕ ਹੈ ਜੀ ਅਤੇ ਚਲੋ ਇਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ ਮਾਸਟਰ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਹਾਡੀ ਅੱਖਾਂ ਦੀ ਜਿਹੜੀ ਲਾਈਟ ਆ ਵੀ ਇਹ ਜਨਮ ਤੋਂ ਹੀ ਨਹੀਂ ਜਾਂ ਕਿਸ ਤਰ੍ਹਾਂ ਆ 3 ਸਾਲ ਦੀ ਉਮਰ ਸੀ ਜੀ ਮੇਰੀ ਠੀਕ ਆ ਮਤਲਬ ਕੁਛ ਐਕਸੀਡੈਂਟ ਹੋਇਆ ਕਿ ਕੀ ਹੋਇਆ ਸੀਗਾ 3 ਸਾਲ ਦੀ ਉਮਰ 'ਚ ਬੁਖਾਰ ਚੜਿਆ ਟਾਈਫਾਇਡ ਠੀਕ ਆ ਡਾਕਟਰ ਟੀਕਾ ਗਲਤ ਹੀ ਲੱਗ ਗਿਆ ਜੀ ਠੀਕ ਆ ਪਿੱਛੋਂ ਨਾੜਾਂ ਮਰ ਗਈਆਂ ਲਾਈਟ ਵਾਲੀ ਠੀਕ ਆ ਅਤੇ 3 ਸਾਲ ਤੋਂ ਫਿਰ ਜਿਸ ਤਰ੍ਹਾਂ ਵੀ ਉਹ ਬਚਪਨ ਦੇ ਵਿੱਚ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਲਾਈਟ ਸੀਗੀ ਉਸ ਤੋਂ ਪਹਿਲਾਂ ਜਨਮ ਤੋਂ ਹੈਗੀ ਸੀ ਜਨਮ ਤੋਂ ਹੈਗੀ ਸੀਗੀ ਫਿਰ ਉਸ ਵੇਲੇ 3 ਸਾਲ ਦੀ ਉਮਰ ਬੱਚੇ ਤਾਂ ਉਮਰ ਕੁਛ ਵੀ ਨਹੀਂ ਹੁੰਦੀ ਹੈਗੀ ਫਿਰ ਕਿਸ ਤਰ੍ਹਾਂ ਤੁਸੀਂ ਆਪਣੇ ਜੀਵਨ ਦਾ ਕਿਸ ਤਰ੍ਹਾਂ ਸ਼ੁਰੂ ਕੀਤਾ ਹਾਂਜੀ ਮੈਨੂੰ ਕੋਈ ਯਾਦ ਨਹੀਂ 3 ਸਾਲ ਦੀ ਉਮਰ 'ਚ ਮੇਰੀ ਕਦੋਂ ਗਈ ਹੈ ਅਤੇ ਮੈਨੂੰ ਮਹਿਸੂਸ ਨਹੀਂ ਹੋਇਆ ਫਿਰ ਇੱਦਾਂ ਹੌਲੀ ਹੌਲੀ ਖੇਡਦੇ ਰਹਿਣਾ ਖੇਡਦੇ ਰਹਿਣਾ ਤਾਂ ਫਿਰ ਹੌਲੀ ਹੌਲੀ ਵੱਡੇ ਹੋਏ ਥੋੜ੍ਹਾ ਜਿਹਾ ਮਾਂ ਪਿਓ ਦੇ ਮਨ 'ਚ ਆਉਣ ਲੱਗ ਪਿਆ ਵੀ ਹੁਣ ਸਾਨੂੰ ਦੇਖ ਕੇ ਰੋਈ ਜਾਣਾ ਮੇਰੀ ਮੰਮੀ ਜੀ ਨੂੰ ਠੀਕ ਆ ਰੋਈ ਜਾਣਾ ਕਹਿਣਾ ਕਿੱਦਾਂ ਮੇਰੇ ਬੇਟੇ ਦਾ ਹਾਲ ਹੋਊਗਾ ਵੀ ਕਿੱਦਾਂ ਇਹਨੂੰ ਕਰਾਂਗੇ ਠੀਕ ਆ ਫਿਰ ਉਹਨੇ ਮੈਨੂੰ ਸੰਗੀਤ ਵੱਲ ਨੂੰ ਪਾਇਆ ਅਤੇ ਫਿਰ ਇਹਦੀ ਤਾਲੀਮ ਕਿੱਥੋਂ ਤੁਸੀਂ ਹਾਸਲ ਕੀਤੀ ਫਲੌਰ ਤੋਂ ਜੀ ਕਿੰਨਾ ਚਿਰ 3 ਸਾਲ ਅਤੇ 3 ਸਾਲ ਸਾਡੇ ਫਲੌਰ ਕਿੰਨਾ ਦੂਰ ਹੈ ਫਲੌਰ ਤੁਹਾਡੇ ਪਿੰਡ ਤੋਂ 15 ਕਿਲੋਮੀਟਰ ਅਪ ਡਾਊਨ ਕਰਦੇ ਸੀਗੇ ਨਹੀਂ ਜੀ ਸਾਡੇ ਉਸਤਾਦ ਜੀ ਅੰਮ੍ਰਿਤ ਲਾਲ ਜੀ ਉਹਨੇ ਮੈਨੂੰ ਉੱਥੇ ਕੋਲ ਰੱਖ ਕੇ ਸਿਖਾਇਆ ਅੱਛਾ ਕੋਲ ਹੀ ਰੱਖ ਲਿਆ ਜਿਸ ਤਰ੍ਹਾਂ ਸੰਗੀਤ ਦਾ ਸਫ਼ਰ ਆ ਤੁਹਾਡਾ ਹਾਂਜੀ ਹਾਂਜੀ ਅਤੇ ਕਿੰਨੇ ਚਿਰ ਹੋ ਗਿਆ ਸੰਗੀਤ ਦੇ ਸਫ਼ਰ ਨੂੰ ਸਮਝੀ 25-30 ਸਾਲ ਹੋ ਗਏ 25-30 ਸਾਲ ਹੋ ਗਏ ਅਤੇ ਅੱਜ ਕੱਲ੍ਹ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਅਸੀਂ ਵੀ ਜਿਹਨੂੰ ਸੁਰ ਦਾ ਗਿਆਨ ਨਹੀਂ ਹੈਗਾ ਉਹ ਵੀ ਹਿੱਟ ਹੋਈ ਫਿਰਦਾ ਆ
ਬਹੁਤ ਹੀ ਜ਼ਿਆਦਾ ਪਰ ਤੁਸੀਂ ਤਾਂ ਫਿਰ ਵੀ ਬਹੁਤ ਹੀ ਜ਼ਿਆਦਾ ਕਲਾ ਲੈ ਕੇ ਬੈਠੇ ਹਾਂ ਤੁਸੀਂ ਕਿਸ ਤਰ੍ਹਾਂ ਛੁਪੇ ਰਹਿ ਗਏ ਮਤਲਬ ਪਿੱਛੇ ਰਹਿ ਗਏ ਅੱਜ ਕੱਲ੍ਹ ਗਾਣਾ ਰਿਹਾ ਨਹੀਂ ਜੀ ਗਾਣਾ ਬਸ ਜਿਹਦੇ ਝੱਗੀਆਂ ਪਾਈਆਂ ਛੱਲੇ ਮੁੰਦੀਆਂ ਪਾਈਆਂ ਉਹ ਸਿੰਗਰ ਬਣ ਜਾਂਦਾ ਅਤੇ ਸੁਰ ਨੂੰ ਕੋਈ ਪੁੱਛਦਾ ਨਹੀਂ ਕੰਪਿਊਟਰ ਜੁਗ ਗਿਆ ਸਾਰੇ ਸੁਰ ਵੀ ਕੰਪਿਊਟਰ ਨਾਲ ਸੁਰ ਕਰੀ ਜਾਂਦੇ ਅੱਛਾ ਮਾਸਟਰ ਜੀ ਆਪਣਾ ਕੋਈ ਗਾਣਾ ਆਇਆ ਹਾਂਜੀ ਹਾਂਜੀ ਕਿਹੜੇ ਵਾਲਾ ਜੀ ਗਾਣਾ ਜੀ ਇਸ਼ਕ ਇਸ਼ਕ ਠੀਕ ਆ ਦੋ ਬੋਲ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋਗੇ ਹਾਂਜੀ ਹਾਂਜੀ ਜ਼ਰੂਰ ਮੈਨੂੰ ਬੜਾ ਸਤਾਉਂਦਾ ਹੈ ਤੇਰਾ ਇਸ਼ਕ ਨਮਾਣਾ ਮੈਨੂੰ ਖਬਰ ਨਾ ਕੋਈ ਨਹੀਂ ਮੈਂ ਕਿੱਥੇ ਜਾਣਾ ਮੈਨੂੰ ਬੜਾ ਸਤਾਉਂਦਾ ਹੈ ਇਸ਼ਕ ਨਮਾਣਾ ਦਿਲ ਨੂੰ ਜਾਦਾ ਜਦੋਂ ਤੇਰੀਆਂ ਆਉਂਦੀਆਂ ਨੇ ਅੱਖੀਆਂ ਫਿਰ ਹੰਝੂਆਂ ਦੀਆਂ ਜੜੀਆਂ ਲਾਉਂਦੀਆਂ ਨੇ ਕੱਲਾ ਸੋਚਾਂ ਬਹਿ ਕੇ ਨਹੀਂ ਲੱਗਾ ਰੋਗ ਪਰਾਣਾ ਮੈਨੂੰ ਬੜਾ ਸਤਾਉਂਦਾ ਹੈ ਤੇਰਾ ਇਸ਼ਕ ਨਮਾਣਾ ਤੇ ਫਿਰ ਰਿਆਜ਼ ਕਿੰਨਾ ਟਾਈਮ ਕਰਦੇ ਆ ਤੁਸੀਂ ਰਿਆਜ਼ ਜੀ ਥੋੜ੍ਹਾ ਚਿਰ ਕਰ ਲਈਦਾ ਜਿਸ ਤਰ੍ਹਾਂ ਕਹਿੰਦੇ ਹੁੰਦੇ ਵੀ ਜਿੱਦਾਂ ਪ੍ਰੋਗਰਾਮ ਹੁਣ ਫਿਰ ਲੋਕਡਾਊਨ 'ਚ ਬੰਦ ਹੋ ਗਿਆ ਇਸ ਕਰਕੇ ਰਿਆਜ਼ ਕਰਨ ਵੀ ਨਹੀਂ ਰੂਕ ਕੀਤੀ ਠੀਕ ਆ ਕਰੀਦੀ ਹੁਣ ਜਿੰਨਾ ਵੀ ਜਦੋਂ ਕੋਈ ਤੁਹਾਡੇ ਵਰਗੇ ਯਾਰ ਦੋਸਤ ਆ ਜਾਂਦੇ ਹਾਰਮੋਨੀਅਮ ਚੱਕ ਲਈਦਾ ਅਤੇ ਫਿਰ ਹਾਰਮੋਨੀਅਮ ਮਦਦ ਕੌਣ ਕਰਦਾ ਰਿਆਜ਼ ਦੇ ਵਿੱਚ ਹਾਰਮੋਨੀਅਮ ਚੱਕਣ ਦੀ ਮਦਦ ਤਾਂ ਜੀ ਮੈਂ ਪਰਮਾਤਮਾ ਦੀ ਇੰਨੀ ਕੁ ਕਿਰਪਾ ਸਾਰੇ ਪਿੰਡ 'ਚ ਘੁੰਮ ਲੈਣਾ ਅੱਛਾ ਜੀ ਬਿਨਾਂ ਹੀ ਪਰਮਾਤਮਾ ਦੇ ਅੰਦਰ ਲਈ ਐਸੀ ਜੋਤ ਜਗਾਈ ਆ ਬਾਜਾ ਖੋਲ੍ਹ ਕੇ ਇਹਨੂੰ ਠੀਕ ਵੀ ਕਰ ਲੈਣਾ ਠੀਕ ਆ ਅਤੇ ਕੱਪੜੇ ਪ੍ਰੈਸ ਕਰ ਲੈਣੇ ਜੋ ਮਰਜ਼ੀ ਇੰਨੀ ਕੁ ਮਾਲਕ ਦੀ ਨੰਬਰ ਜਿਹੜਾ ਮਰਜ਼ੀ ਨੰਬਰ ਬੋਲੋ ਕੋਈ ਨੰਬਰ ਫੋਨ ਦੇ ਵਿੱਚ ਐਡ ਨਹੀਂ ਉਹ ਜਵਾਨੀ ਦਿਮਾਗ 'ਚ ਐਡ ਕੀਤੇ ਆ ਅੱਛਾ ਜੀ ਫੋਨ 'ਚ ਜਿਹੜਾ ਮਰਜ਼ੀ ਨੰਬਰ ਤੁਸੀਂ ਆਪਣਾ ਬੋਲੋ ਚਾਹੇ ਇੰਗਲਿਸ਼ 'ਚ ਬੋਲੋ ਚਾਹੇ ਪੰਜਾਬੀ ਬੋਲੋ ਕੋਈ ਵੀ ਨੰਬਰ ਬੰਦਾ ਬੋਲ ਸਕਦਾ ਤਾਂ ਉਸੇ ਟਾਈਮ ਨੰਬਰ ਬੋਲ ਕੇ ਦੱਸ ਦੇਣ ਮੈਨੂੰ ਮੈਂ ਉਸ ਟਾਈਮ ਲਾ ਦਿੰਦਾ ਮਾਲਕ ਜੀ ਇੰਨੀ ਕਿਰਪਾ ਜੀ ਹੋਰ ਜੀ ਬੰਟੇ ਮੈਂ ਬਹੁਤ ਖੇਡੇ ਛੋਟੇ ਹੁੰਦੇ ਨੇ ਅਤੇ ਅਜੇ ਤੱਕ ਵੀ ਮੇਰੀਆਂ ਯਾਦਾਂ ਬਾਂਟਿਆਂ ਦੀਆਂ ਪਈਆਂ ਅਤੇ ਮੈਂ ਆਪਣੇ ਭਤੀਜਿਆਂ ਨੂੰ ਜਿੱਤ ਕੇ ਦੇਣੇ ਬਾਂਟੇ ਨੈਣਾਂ ਨੂੰ ਜਿੱਤ ਕੇ ਦੇਣੇ ਭਤੀਜਾ ਇੱਥੇ ਫਿਰਦਾ ਫੜ ਲਵਾਂ ਉਹਦੇ ਕੋਲ ਬਾਂਟੇ ਪੁੱਛਾਂ ਦੇਖਾਂ ਕੀ ਕਰਦੇ ਆ ਹਾਂਜੀ ਹਾਂਜੀ ਨਹੀਂ ਬਾਂਟੇ ਨਿਸ਼ਾਨੇ ਲਗਾਉਂਦੇ ਕੀ ਕਰਦੇ ਤੁਸੀਂ ਬਾਂਟੇ ਮੈਂ ਜੀ ਇੱਦਾਂ ਡੱਬੇ 'ਚ ਪਏ ਆ ਇੱਦਾਂ ਮੁੱਠ ਭਰਨੀ ਆ ਬਿਨਾਂ ਹੀ ਗਿਣਨ ਤੋਂ ਤੁਹਾਨੂੰ ਦੱਸ ਦੇਣੇ ਵੀ ਇੰਨੇ ਆ ਜਾਂ ਤੁਸੀਂ ਆਪ ਗਿਣੋਗੇ ਆਹ ਦੇ ਗਿਆ ਮੈਨੂੰ ਬਾਂਟੇ ਆਦਾ ਤੁਹਾਡਾ ਬੰਦਾ ਠੀਕ ਹੈ ਆਹ ਡੱਬਾ ਭਰਿਆ ਦੇ ਗਿਆ ਠੀਕ ਹੈ ਉਹ ਜਦੋਂ ਬਾਂਟੇ ਤੁਸੀਂ ਆਪਣੇ ਹੱਥ ਨਾਲ ਗਿਣੋਗੇ ਉਨੇ ਹੋਊਗੇ ਨਹੀਂ ਤੁਸੀਂ ਇਹ ਬਹੁਤ ਵੱਡੀ ਕਲਾ ਪਰਮਾਤਮਾ ਤੁਸੀਂ ਆਪ ਕਰੋਗੇ ਤੁਸੀਂ ਆਪ ਕੱਢਣੇ ਬਾਂਟੇ 'ਚੋਂ ਹਾਂਜੀ ਹਾਂਜੀ ਪੰਮਾ ਕੋਈ ਕੱਢੇ ਆ ਚਲੋ ਇਹ 'ਚੋਂ ਕੱਢ ਲਓ ਫਿਰ ਤੁਸੀਂ ਦੇਖ ਲਓ ਕੀ ਕਰਨਾ ਆ ਸਾਰੇ ਮੇਰੇ ਵੀਰ ਯਾਰ ਦੋਸਤ ਜਿੰਨੇ ਵੀ ਦੇਖ ਰਹੇ ਆ ਆ ਦੇਖੋ ਜੀ ਬਾਂਟੇ ਮੈਂ ਗਿਣੇ ਨੇ ਇਹ 18 ਆ ਜੀ ਇਹ ਤੁਸੀਂ ਇਹ ਸਾਡੇ ਭਾਈ ਸਾਹਿਬ ਗਿਣ ਕੇ ਦੱਸਣਗੇ ਲਾ ਦਿਓ ਮੈਂ ਹੱਥ 'ਚ ਹੀ ਆ ਛੱਡ ਦਿਓ ਮਾਸਟਰ ਜੀ ਨੇ 18 ਕਿਹਾ 5 10 10 ਅਤੇ 5 15 ਅਤੇ 3 18 ਇਹ ਮਤਲਬ ਹੈ ਤਾਂ ਕਮਾਲ ਵਾਲੀ ਗੱਲ ਹੈ ਵੀ ਇਹ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਜੀ ਬਸ ਉਹਦੀ ਦੇਣ ਆ ਜੀ ਮੈਨੂੰ ਆਪਣੇ ਆਪ ਇੱਕ ਸੈਕਿੰਡ ਮੈਂ ਕੱਢ ਕੇ ਫੜਾਉਣਾ ਨਾ ਤੁਸੀਂ ਕਹੋ ਨਹੀਂ ਆਹ ਮੈਂ ਹੀ ਕੱਢ ਕੇ ਤੁਹਾਨੂੰ ਫੜਾਉਣ ਲੱਗਾ ਅਤੇ ਆਹ ਲਓ ਜੀ ਇਹ ਹੁਣ ਮੈਂ ਤੁਹਾਨੂੰ ਦੱਸਦਾ ਜੀ ਇਹਦੇ ਕਰਕੇ ਆ ਗਹਿਣੇ ਨਹੀਂ ਤਾਂ ਤੁਸੀਂ ਫੜੀ ਜਾਓ ਆ ਜੀ 40 ਬੰਟੇ ਆ ਜੀ ਸਾਰੇ ਹਾਂ ਫੜਾ ਦਿਓ ਫਿਰ ਮੇਰੇ ਹੱਥ ਮੈਂ ਕਰਾਉਂਦਾ ਆ ਤੁਸੀਂ ਜਨਤਾ ਨੂੰ ਕਰਾਓ ਕਿੰਨੇ ਆ ਜੀ ਇਹ 10 3 4
पांच छे सात तीन दस सही आ भी दस है जी। एक दो तीन चार चार ते छे दस ठीक है। इस पा लो ढक्कन च रख लो डब्बे च पा लो इन्हें ढक्कन च रख लो टमाटर आ भी है जी ये चाली बंटे थोड़े मोटरसाइकिल आ गिनो पांच दस पंद्रह सही है भी है पूरे चालीस गए मास्टर जी साढ़े सच्ची बी आ तो मैं देख के हैरान हो गया बंटे वाली गल बी सच्ची परमात्मा की बहुत ही ज़्यादा कृपा आ प्लस आ थोड़ी मैं तालीम भी देख ली है भी संगीत के 25 साल तुम दे दते आ कुछ तुम स्नेहा देना चाहते हो दर्शकों मेरी दोस्तों अगर यही बेनती है जी जी हाथ बन के जी भी एक बार जरूर प्रोग्राम लवा के देखो जी तो तुम अंदरली आत्मा थोड़ी जरूर खुश होगी। ठीक है जी मेरे गाने जी इस तरह के होंगे जो परिवार में आप बैठ के सुन सारे सुन सकते हैं जी जी सारे मेरे दोस्त सुन सकते हैं कोई लचड़ता अपन गाँवना नहीं आता ना का संगीत का ना ही ऐसा जी गा ना बजा ना अजक तो गाँव सौखा ही बड़ा कर लिया लोगों संगीत कहते कि गा ना बजा ना। एक मेरा होर गीत आया से जी जिहड़ा मामा नूं संबंध करके तुहानूं मैं थोड़ा जिहा चन्न वांग मुखड़े ते चमकदा नूर सी कदे कदे गुस्से नाल दिंदी मैनूं कूर सी साडे सिर उत्ते रहिंदी सी जां ठंडी ठंडी दस का तूं छां खोली तेरे वांगू रब्बा जैनू पूजदे सी दस का तूं मां खोली तेरे वांगू रब्बा जैनू पूजदे सी दस का तूं मां खोली तू मेरी रब्बा मां खोली छोटी भैन चेते घर लग पैंदी रौण वे सिर उत्तों पानी वार पीऊ रब्बा कौन दस पीऊ रब्बा कौन वे जिहड़ी गोदी विच सिर रख सौंदे सी गोदी विच सिर रख सौंदे सी तू दस का तू थां खोली तेरे वांगू रब्बा जैनू पूजदे सी दस का तू मां खोली तेरे वांगू रब्बा जैनू पूजदे सी दस का तू मां खोली तू मेरी रब्बा मां खोली। कॉम्पोजिशन फिर आप ही कर दियो तुसीं? हाँ जी हाँ जी। ते किसे सिंगर नूं भी करके दित्ती कॉम्पोजिशन वगैरह? हाँ जी एक खान साहब जी जिहड़े उहनां दे इत्थे रिश्तेदारी चों परवाले चों साडे गुलशन मुहम्मद जी है ठीक है उहनां नूं मैं बना के दित्ती सी कॉम्पोजिशन रिम जिम पैनलियां कणियां ते उह सांझी करूंगे साडे दर्शकां नाल। हाँ जी जरूर। रिम जिम रिम जिम पैनी अकनिया सजना जान मेरी ते बनिया सजना जान मेरी ते बनिया मुड़ मुड़ बदल गजदा आ जा मेरा जी नहीं लगदा सोनिया मेरा जी नहीं लगदा। खान साहब है थानू इतने मिल के भी गए सके? हाँ जी हाँ जी। अच्छा थोड़े घर ही आए सके ना? हाँ जी। ठीक है तो हम संगीत की दुनिया में चलो जिस तरह भी थोड़ा बहुत ही ज़्यादा रुतबा आया एक तो कोई आ इस तरह मदद ले अगे नहीं आया कोई कलाकार? नहीं जी कोई नहीं कही बस टाइम टाइम दल सोशल मीडिया के उपर बैठ के कई कलाकार मैं देखा बोल देंगे ਬਈ ਠੀਕ ਆ ਜੀ ਕੋਈ ਜੇ ਅਸੀਂ ਸੁਰਾਂ ਦੀ ਕਦਰ ਕਰਦੇ ਹਾਂ। ਹਾਂਜੀ ਹਾਂਜੀ ਸਭ ਗੱਲਾਂ ਵਾਲੇ ਕੋਈ ਨਹੀਂ ਕਿਸੇ ਵਿਆਹ ਹੋਇਆ ਤੁਹਾਡਾ? ਹਾਂਜੀ ਹਾਂਜੀ। ਅਤੇ ਨਿਆਣਾ ਨਿੱਕਾ? ਗੁੜੀਆ ਮੇਰੇ ਜੀ ਨਵਦੀਪ। ਠੀਕ ਆ ਅਤੇ ਫਿਰ ਘਰ ਦਾ ਕਿਸ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ? ਬਸ ਅਸੀਂ ਇਕੱਠਾ ਪਰਿਵਾਰ ਫੈਮਿਲੀ ਹੈ ਜੀ ਇਕੱਠੇ 'ਚ ਵੀ ਉਹ ਸਾਡਾ ਚੱਲੀ ਜਾਂਦਾ ਗੁਜ਼ਾਰਾ ਫਿਰ ਪੈਨਸ਼ਨ ਥੋੜ੍ਹੀ ਬੜੀ ਲੱਗੀ ਹੈ ਸਾਨੂੰ ਬਲਾਈਂਡ ਵਰਕ ਕਰਕੇ। ਜਿੰਨੀਆਂ ਇਸ਼ਾਵਾਂ ਦੇ ਨਾਲ ਤੁਸੀਂ ਇਹ ਸੰਗੀਤ ਨੂੰ ਚੁਣਿਆ ਸੀਗਾ ਅਤੇ ਜਿਸ ਤਰ੍ਹਾਂ ਕੋਈ ਹੁਣ ਕੋਈ ਬਾਈ ਧਾਈ ਨਹੀਂ ਲੈਂਦਾ ਪਿਆ ਠੀਕ ਹੈ ਅਤੇ ਗੁੱਸਾ ਨਹੀਂ ਆਉਂਦਾ ਆਪਣੇ ਆਪ 'ਤੇ?
ਉਤਸ਼ਾਹ ਆਪਣੇ ਆਪ ਤੇ ਹੁਣ ਬੰਦਾ ਕਰ ਨਹੀਂ ਨਾ ਕੋਈ ਸਕਦਾ ਹੁਣ ਬੰਦਾ ਜੇ ਕਿਤੇ ਫਿਰਨ ਤੁਰਨ ਜੋਗਾ ਹੋਵੇ ਆਪ ਜਾਣਾ ਹੋਵੇ ਹੁਣ ਕਿਸੇ ਨੂੰ ਕਹਿਣਾ ਪੈਂਦਾ ਆਹ ਚੱਲੀਆ ਕੰਮ ਕਰੀਏ ਪਰ ਕੋਈ ਕਹਿੰਦਾ ਸਾਡਾ ਟਾਈਮ ਨਹੀਂ ਬਸ ਅਤੇ ਹੋਰ ਕੋਈ ਫਿਰ ਜਿਸ ਤਰ੍ਹਾਂ ਵੀ ਪ੍ਰੋਗਰਾਮ ਤਾਂ ਫਿਰ ਤੁਸੀਂ ਕਹਿੰਦੇ ਮੇਰੇ ਵੀ ਕੰਮ ਤਾਂ ਕੋਈ ਹੋਰ ਹੈ ਨਹੀਂ ਗਾ ਅਤੇ ਫਿਰ ਘਰ ਦਾ ਜਦੋਂ ਪੈਨਸ਼ਨ ਹੋ ਚਲੋ ਠੀਕ ਹੈ ਪੈਨਸ਼ਨ ਅਤੇ ਪੈਨਸ਼ਨ ਦੇ ਸਿਰ ਤੋਂ ਵੀ ਕਿੰਨਾ ਚਿਰ ਦਾ ਚੱਲੀ ਜਾਊਗਾ ਹਾਂਜੀ ਪ੍ਰੋਗਰਾਮ ਮਾੜਾ ਮੋਟਾ ਲੱਗ ਜਾਂਦੇ ਸਾਡੇ ਧਾਰਮਿਕ ਪ੍ਰੋਗਰਾਮ ਕੋਈ ਜਾਂ ਹੋਰ ਲੱਗ ਜਾਂਦੇ ਧਾਰਮਿਕ ਪ੍ਰੋਗਰਾਮ ਮਤਲਬ ਕਿਸ ਤਰ੍ਹਾਂ ਦੇ ਜਗਰਾਤਾ ਹਾਂਜੀ ਜਿੱਦਾਂ ਰੱਬ ਦਾ ਅਰਦਾਸ ਮਹਾਰਾਜ ਜੀ ਦੇ ਹੋਏ ਹੁਣ ਫਰਵਰੀ ਮਹੀਨਾ ਚੱਲ ਰਿਹਾ ਇਹਦੇ ਵਿੱਚ ਇੱਦਾਂ ਹੋ ਜਾਂਦਾ ਅਸੀਂ ਇਹ ਰਿਕੁਐਸਟ ਕਰਦੇ ਹਾਂ ਵੀ ਜੇ ਤੁਸੀਂ ਧਾਰਮਿਕ ਪ੍ਰੋਗਰਾਮ ਜਾਂ ਕੋਈ ਹੋਰ ਫੈਸਟੀ ਛੋਟੇ ਫੈਸਟੀਵਲ ਦੇ ਉੱਪਰ ਤੁਸੀਂ ਜੇ ਸਾਡੇ ਮਾਸਟਰ ਕੁਲਦੀਪ ਰਤਨ ਜੀ ਜੇ ਤੁਸੀਂ ਇਹਨਾਂ ਨੂੰ ਇੱਕ ਵਾਰ ਮੌਕਾ ਦਿਓ ਤਾਂ ਮੇਰਾ ਖਿਆਲ ਵੀ ਇੱਕ ਤਾਂ ਧਾਰਮਿਕ ਜਾਂ ਫੈਸਟੀਵਲ ਤੁਹਾਡਾ ਉਹ ਪ੍ਰੋਗਰਾਮ ਸੰਪੂਰਨ ਹੋਜੂਗਾ ਅਤੇ ਪਲੱਸ ਮਾਸਟਰ ਜੀ ਦੀ ਬਹੁਤ ਹੀ ਜ਼ਿਆਦਾ ਆਰਥਿਕ ਮਦਦ ਹੋਜੂਗੀ ਅਤੇ ਮੈਂ ਬੇਨਤੀ ਮਾਸਟਰ ਜੀ ਚਲੋ ਆਪਣਾ ਨੰਬਰ ਦੱਸਿਓ ਮੇਰਾ ਨੰਬਰ ਹੈ ਜੀ 98 150 66 934 ਠੀਕ ਆ ਕਿਉਂਕਿ ਇੱਕ ਸਾਡੇ ਕੋਲ ਜ਼ਰੀਆ ਇੱਕ ਸੋਸ਼ਲ ਮੀਡੀਆ ਹੀ ਆ ਜਿਸ ਦੇ ਨਾਲ ਅਸੀਂ ਜਿਹੜੇ ਸਾਡੇ ਇਸ ਤਰ੍ਹਾਂ ਦੇ ਸਟਾਰ ਆ ਕਿਉਂਕਿ ਮੇਰਾ ਖਿਆਲ ਵੀ 25 ਸਾਲ ਇਹਨਾਂ ਨੇ ਸੰਗੀਤ ਦੀ ਦੁਨੀਆ ਨੂੰ ਦੇ ਦਿੱਤੇ ਆਪਣੇ ਅਤੇ ਬਹੁਤ ਵੱਡਾ ਟਾਈਮ ਦੇ ਦਿੱਤਾ ਅਤੇ ਥੋੜ੍ਹਾ ਜਿਹਾ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨਾਂ ਦੀ ਕੁਛ ਹੈਲਪ ਕਰੀਏ ਮੇਰੀ ਰਿਕੁਐਸਟ ਆ ਤੁਹਾਡੇ ਅੱਗੇ ਵੀ ਤੁਸੀਂ ਮਾਸਟਰ ਜੀ ਦੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਕੀਤਾ ਸ਼ੇਅਰ ਮਾਸਟਰ ਜੀ ਦੀ ਇੱਕ ਤਰ੍ਹਾਂ ਦੀ ਮਦਦ ਹੀ ਹੋਊਗਾ ਅਤੇ ਅਸੀਂ ਬੇਨਤੀ ਕਰਾਂਗੇ ਮਾਸਟਰ ਜੀ ਨੂੰ ਵੀ ਜੇ ਮਾਸਟਰ ਜੀ ਸਾਨੂੰ ਹੋਰ ਇੱਕ ਦੋ ਆਪਣੇ ਜਿਹੜੇ ਗਾਣੇ ਆ ਇਹਨਾਂ ਨੇ ਮੈਨੂੰ ਦੱਸਿਆ ਹੁਣੇ ਕਹਿੰਦੇ ਵੀ ਮੈਂ ਇੱਕ ਆਪਣੀ ਜ਼ਿੰਦਗੀ ਦੇ ਉੱਪਰ ਗਾਣਾ ਲਿਖਿਆ ਅਤੇ ਉਹ ਤੁਹਾਡੇ ਨੂੰ ਮੈਂ ਰੂਬਰੂ ਕਰਵਾਉਣਾ ਮਾਸਟਰ ਜੀ ਕਰਿਓ ਲਓ ਜੀ ਮੈਂ ਆਪਣੀ ਜੱਗ ਬੀਤੀਆਂ ਤੁਸੀਂ ਰੋਜ਼ ਸੁਣਦੇ ਹਾਂ ਅਤੇ ਆਪਣੀ ਹੱਡ ਬੀਤੀ ਤੁਹਾਡੇ ਸਾਹਮਣੇ ਪੇਸ਼ ਕਰਦਾ ਮੇਰੇ ਪੀਰਾਂ ਦਿਆ ਪੀਰਾ ਤੇਰੇ ਦਰ ਤੇ ਸੀਸ ਚਕਾਵਾਂ ਕਰ ਨਜ਼ਰ ਮੇਰੇ ਦੀ ਤੂੰ ਤੇਰਾ ਮੈਂ ਬਣ ਜਾਂ ਪਰਛਾਵਾਂ ਸੁਣ ਬਖਸ਼ਣ ਹਾਰਿਓ ਜੀ ਮੇਰਾ ਦੁੱਖੜਾ ਤੂੰ ਸੁਣ ਲਈ ਇੱਕ ਅਰਜ ਸੁਣੀ ਦਾਤਾ ਮੈਨੂੰ ਲੈ ਟਖਾਂ ਦੇ ਇੱਕ ਅਰਜ ਸੁਣੀ ਦਾਤਾ ਮੈਨੂੰ ਲੈ ਟਖਾਂ ਦੇ ਇਸ ਜ਼ਿੰਦਗੀ ਨਾਲ ਤਾਂ ਦਾਤਾ ਜੂੰਦਾ ਮਾਰ ਮੁਕਾ ਦੇ ਹੈ ਜੂੰਦਾ ਮਾਰ ਮੁਕਾ ਦੇ ਇਹ ਜ਼ਿੰਦਗੀ ਮੇਰੀ ਨੂੰ ਚਾਹੇ ਆ ਕੇ ਸਫਲ ਬਣਾ ਦੇ ਆ ਕੇ ਸਫਲ ਬਣਾ ਦੇ ਕੁਲਦੀਪ ਕਹਿੰਦਾ ਹੈ ਤੈਨੂੰ ਮੇਰੇ ਦਿਲ ਵਿੱਚ ਵਸਦਾ ਰਹੀ ਇੱਕ ਅਰਜ ਸੁਣੀ ਦਾਤਾ ਮੈਨੂੰ ਲੈ ਟਖਾਉਂਦੀ ਦੇ ਅਤੇ ਦੋਸਤੋ ਇਹ ਸੀਗੇ ਮਾਸਟਰ ਕੁਲਦੀਪ ਰਤਨ ਜੀ ਅਤੇ ਸਾਡੀ ਵੀ ਦੋਸਤੋ ਇਹੀ ਕੋਸ਼ਿਸ਼ ਰਹੀ ਆ ਵੀ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਵੀ ਛੁਪੇ ਰੁਸਤਮ ਸ਼ਖਸੀਅਤਾਂ ਆ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਸਕੀਏ ਜਾਂ ਫਿਰ ਜਿਨ੍ਹਾਂ ਨੇ ਕਿਸੇ ਵੀ ਫੀਲਡ ਦੇ ਵਿੱਚ ਕੋਈ ਅਚੀਵਮੈਂਟ ਕੀਤੀ ਆ ਅਤੇ ਉਹ ਦੁਨੀਆ ਦੇ ਸਾਹਮਣੇ ਨਹੀਂ ਆ ਸਕੇ ਤਾਂ ਸਾਡੀ ਇਹੀ ਕੋਸ਼ਿਸ਼ ਰਹੀ ਆ ਵੀ ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਸਕੀਏ ਸਾਨੂੰ ਦੋਸਤੋ ਸਾਨੂੰ ਕਮੈਂਟ ਦੇ ਵਿੱਚ ਜਾ ਕੇ ਜ਼ਰੂਰ ਦੱਸਣਾ ਜੇ ਤੁਹਾਡੇ ਆਸ ਪਾਸ ਕੋਈ ਵੀ ਇਹੋ ਜਿਹੀ ਸ਼ਖਸੀਅਤ ਹੈ ਜਿਸ ਤਰ੍ਹਾਂ ਮਾਸਟਰ ਕੁਲਦੀਪ ਰਤਨ ਜੀ ਸੀਗੇ ਕੋਈ ਹੋਰ ਇਸ ਤਰ੍ਹਾਂ ਸ਼ਖਸੀਅਤ ਜਿਸਨੇ ਫੀਲਡ ਦੇ ਜਿਸਨੇ ਕਿਸੇ ਵੀ ਫੀਲਡ ਦੇ ਵਿੱਚ ਅਚੀਵਮੈਂਟ ਕੀਤੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਅਸੀਂ ਕੋਸ਼ਿਸ਼ ਕਰਾਂਗੇ ਉਹ ਸ਼ਖਸੀਅਤ ਨੂੰ ਦੁਨੀਆ ਦੇ ਨਾਲ ਦੁਨੀਆ ਸਾਹਮਣੇ ਰੂਬਰੂ ਕਰਨ ਦੀ ਅਤੇ ਜੁੜੇ ਰਹੋ ਸਾਡੇ ਚੈਨਲ ਪੀਵੀ ਰੋ ਸੱਤ ਵਾਲੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ ਦੁੱਖ ਮਿਲੇ ਨੇ ਹਜ਼ਾਰਾਂ ਸੁੱਖ ਮਿਲਿਆ ਨਾ ਕੋਈ ਬਰਸਾਤ ਦੁੱਖਾਂ ਵਾਲੀ ਹਰ ਵੇਲੇ ਸੱਤ ਹੋਈ ਮਿਲੇ ਗਮ ਸਾਨੂੰ ਰੱਬਾ ਗਮ ਸਾਨੂੰ ਰੱਬਾ ਅਸੀਂ ਖੁਸ਼ੀ ਜਦੋਂ ਮੰਗੀ ਇਹੋ ਜਿਹੀ ਜ਼ਿੰਦਗੀ ਤੋਂ
ਰੱਬਾ ਮੌਤ ਹੀ ਚੰਗੀ ਇਹੋ ਜਿਹੀ ਜ਼ਿੰਦਗੀ ਤੋਂ ਰੱਬਾ ਮੌਤ ਹੀ ਚੰਗੀ ਅਸੀਂ ਜਿਨ੍ਹਾਂ ਦੀਆਂ ਮੰਜ਼ਿਲਾਂ ਦੇ ਬਣੇ ਸੀ ਗੇਰਾ ਉਹਨਾਂ ਯਾਰਾਂ ਨੇ ਕੀਤਾ ਸਾਨੂੰ ਰੱਜ ਕੇ ਤਵਾ ਉਹਨਾਂ ਯਾਰਾਂ ਨੇ ਕੀਤਾ ਸਾਨੂੰ ਰੱਜ ਕੇ ਤਵਾ ਢਿੱਲੋ ਹਰ ਸ਼ਾਮ ਬੈਠਾ ਹਰ ਸ਼ਾਮ ਬੈਠਾ ਯਾਰੋ ਦਾਰ ਵਿੱਚ ਰੰਗੀ ਇਹੋ ਜਿਹੀ ਜ਼ਿੰਦਗੀ ਤੋਂ ਰੱਬਾ ਮੌਤ ਹੀ ਚੰਗੀ ਇਹੋ ਜਿਹੀ ਜ਼ਿੰਦਗੀ ਤੋਂ ਰੱਬਾ ਮੌਤ ਹੀ ਚੰਗੀ।